ਗੱਲ ਕਰਨ ਜਾ ਰਹੇ ਹਾਂ ਅਲਬਰਟਾ ਸੂਬੇ ਦੀ ਜਿੱਥੇ ਵਸਤੇ ਪੰਜਾਬੀ ਭਾਈ ਜਾ ਰਹੇ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਦੱਸ ਦਈਏ ਕਿ ਅਲਬਰਟਾ ਸੂਬੇ ਦੇ ਰੈਡੀਅਰ ਸ਼ਹਿਰ ਵਿੱਚ ਸਿੱਖ ਪਰਿਵਾਰਾਂ ਨੇ ਇੱਕ ਖਾਲੀ ਚਰਚ ਨੂੰ ਖਰੀਦ ਕੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਬਦਲ ਦਿੱਤਾ ਹੈ ਇਸ ਦਾ ਨਾਮ ਗੁਰਦੁਆਰਾ ਨਾਨਕਦਰਪਾਲ ਰੱਖਿਆ ਗਿਆ ਹੈ ਨਾਲ ਹੀ ਦੱਸ ਦਈਏ ਕਿ ਰੈਡੀਅਰ ਵਿੱਚ ਕਰੀਬ 150 ਸਿੱਖ ਪਰਿਵਾਰ ਅਤੇ 250 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਰਹਿੰਦੇ ਹਨ ਇਹ ਸਾਰੇ ਹੁਣ ਤੱਕ ਇੱਕ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਇੱਕ ਅਸਥਾਈ ਪ੍ਰਬੰਧਨ ਤਹਿਤ ਧਾਰਮਿਕ ਗਤੀਵਿਧੀਆਂ ਕਰਦੇ ਸਨ ਸਥਾਨਕ ਪਰਿਵਾਰਾਂ ਅਤੇ ਨੇੜਲੇ ਸ਼ਹਿਰ ਢਿੰਗ ਝਟਾ ਕੇ 4.4 ਲੱਖ ਡਾਲਰ ਵਿੱਚ ਇੱਕ ਖਾਲੀ ਚਰਚ ਦੀ ਇਮਾਰਤ ਨੂੰ ਖਰੀਦ ਉਥੇ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਦੱਸਿਆ ਜਾਂਦਾ ਹੈ ਕਿ ਇਮਾਰਤ ਨੂੰ ਬਿਨਾ ਕਿਸੇ ਮਾਰਗੇਜ ਖਰੀਦਿਆ ਗਿਆ ਅਤੇ ਉਥੇ ਹੁਣ ਲੰਗਰ ਦੇ ਨਾਲ ਨਾਲ ਹੋਰ ਸਹੂਲਤਾਂ ਨੂੰ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਉਥੇ ਪਹਿਲਾ ਨਗਰ ਕੀਰਤਨ ਕੱਢਣ ਬਾਰੇ ਵੀ ਸੋਚ ਰਹੇ ਹਨ ਸੰਧੂ ਨੇ ਦੱਸਿਆ ਕਿ ਸਨ 2022 ਦੇ ਦਸੰਬਰ 21 ਨੂੰ ਇਹ ਇਮਾਰਤ ਪ੍ਰਾਪਤ ਕਰਕੇ ਉਹਨਾਂ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇੱਥੇ ਗੁਰੂ ਘਰ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਇਸ ਦੀ ਬੀਸਮੈਂਟ ਵਿੱਚ ਰਸੋਈ ਵੀ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਜਗ੍ਹਾ ਦੀ ਚਾਰਦਵਾਰੀ ਕਰ ਇੱਥੇ ਨਿਸ਼ਾਨ ਸਾਹਿਬ ਵੀ ਝੁਲਾਇਆ ਜਾਵੇਗਾ ਸ਼ੇਰੀ ਪੰਜਾਬ